ਪੁਰਾਣੇ ਟੈਂਪਲ ਜਿਹੜੇ ਨੇ ਕਟਾਸ ਰਾਜ ਟੈਂਪਲ ਗਵਰਨਮੈਂਟ ਆਫ ਪਾਕਿਸਤਾਨ ਨੇ ਪੂਰੇ ਮੈਂ ਹੁਣ ਹੈਰਾਨ ਹੋਇਆ ਇਸ ਵਾਰੀ ਮੈਂ ਪੰਜਾਬ ਹੈਰੀਟੇਜ ਦਾਸਤਾਨ ਦਾ ਪ੍ਰੋਗਰਾਮ ਲੈ ਕੇ ਗਿਆ ਸੀ ਉੱਥੇ ਔਰ ਮੈਂ ਹੈਰਾਨ ਹੋ ਗਿਆ ਕਿ ਉੱਥੇ 500-700 ਬੱਚਾ ਜਿਹੜਾ ਸਕੂਲਾਂ ਦਾ ਆ ਰਿਹਾ ਔਰ ਉਹਨਾਂ ਨੂੰ ਟੀਚਰ ਗਾਈਡ ਕਰ ਰਿਹਾ ਬਕਾਇਦਾ ਟੀਚਰ ਗਾਈਡ ਕਰ ਰਿਹਾ ਕਿ ਇਹਨਾਂ ਟੈਂਪਲਾਂ ਦੀ ਕੀ ਇਤਿਹਾਸ ਹੈ ਅਗਰ ਬੱਚਿਆਂ ਨੂੰ ਸਕੂਲਾਂ 'ਚ ਨਹੀਂ ਦੱਸਿਆ ਜਾਂਦਾ ਤਾਂ ਪ੍ਰੈਕਟੀਕਲੀ ਕਿੱਦਾਂ ਫਿਰ ਲੈ ਕੇ ਜਾਂਦੇ ਆ ਜੀ ਔਰ ਦੇਖੋ ਜਿਹੜਾ ਤੁਸੀਂ ਕਹਿੰਦੇ ਸਾਧਨ ਸਿਰਫ ਕਿਤਾਬਾਂ ਜਾਂ ਉੱਥੇ ਜਿੱਥੋਂ ਤੁਹਾਨੂੰ ਪਤਾ ਲੱਗਦਾ ਉਹਨਾਂ ਮੰਦਰਾਂ ਬਾਰੇ ਜਾਂ ਉਹਨਾਂ ਮੋਨੂਮੈਂਟਸ ਬਾਰੇ ਜਾਂ ਕਿਸੇ ਬਾਰੇ ਵੀ ਅੱਜ ਕੱਲ੍ਹ ਤਾਂ ਸਾਧਨ ਬਹੁਤ ਫਿਰੇ ਇੰਟਰਨੈਟ ਵੀ ਆ ਹੈ ਇਹਦਾ ਦੇ ਸਾਧਨ ਸਰ ਤੁਸੀਂ ਸਿਲੇਬਸ ਦੀ ਗੱਲ ਕੀਤੀ ਹੈ ਕਿ ਐਜੂਕੇਟ ਕੀਤਾ ਜਾਂਦਾ ਉੱਦਾਂ ਤਾਂ ਤੁਸੀਂ ਦੇਖੋ ਇੰਨੀ ਖੋਜ ਜਿਹੜੀ ਹੈ ਪਾਕਿਸਤਾਨੀ ਟੈਂਪਲਸ ਬਾਰੇ ਸ਼ਾਇਦ ਇੰਡੀਆ ਦੇ ਹਿੰਦੂਆਂ ਨੇ ਕੀਤੀ ਜਿੰਨੀ ਕਿ ਮੇਰੇ ਨਾਲ ਜੁੜੀਆਂ ਹੋਈਆਂ ਟੀਮਾਂ ਨੇ ਕੀਤੀ ਹੈ ਤੁਸੀਂ ਮੈਨੂੰ ਇਹ ਦੱਸੋ ਜਿਹੜਾ ਸੋਮਨਾਥ ਦਾ ਟੈਂਪਲ ਹੈ ਹਾਂਜੀ ਕੀ ਉਹ ਮਹਿਮੂਦ ਗਜ਼ਨਵੀ ਨੇ ਨਹੀਂ ਟੁੱਟਿਆ ਦੇਖੋ ਗਜ਼ਨਵੀ ਨੇ ਮੈਂ ਇਹ ਨਹੀਂ ਕਹਿ ਰਿਹਾ ਕਿ ਤੁਹਾਨੂੰ ਕਿ ਵੀ ਉਹ ਪੂਰੇ ਨਹੀਂ ਜਿਨ੍ਹਾਂ ਦਾ ਮੇਨ ਕਿਹਾ ਜਾਂਦਾ ਹਿੰਦੂ ਸ਼ਾਹੀ ਦੇ ਜਿਹੜੇ ਇਤਿਹਾਸਿਕ ਸਨ ਜਿਨ੍ਹਾਂ ਦੇ ਬਾਰੇ 'ਚ ਉਹ 19 ਟੈਂਪਲ ਚਲੋਤੇ ਹੋਏ ਨਹੀਂ ਸੋਮਨਾਥ ਦਾ ਟੈਂਪਲ ਜਿਹੜਾ ਉਹ ਪੰਜਾਬ 'ਚ ਨਹੀਂ ਆਉਂਦਾ ਮੇਰੀ ਖੋਜ ਪੰਜਾਬ ਬਾਰੇ ਹੈ ਮੈਂ ਪੰਜਾਬ ਬਾਰੇ ਸਟੱਡੀ ਕਰਦਾ ਤੁਸੀਂ ਪੰਜਾਬ ਦੇ ਵਿੱਚ ਉਹਨਾਂ ਚੀਜ਼ਾਂ ਦੇ ਬਾਰੇ 'ਚ ਮੈਨੂੰ ਪੁੱਛੋ ਨੌਰਥ ਵੈਸਟ ਸੈਂਟਰ ਸਾਡਾ ਪੰਜਾਬ 'ਚ 16 ਘੰਟੇ ਗੱਡੀ ਚੱਲਦੀ ਹੈ 16 ਘੰਟੇ ਤੁਸੀਂ ਇੰਡਸ ਤੋਂ ਸ਼ੁਰੂ ਹੋਵੋ ਰਹੀਮ ਯਾਰ ਖਾਂ ਤੱਕ 4 ਘੰਟੇ 'ਚ ਨਹੀਂ ਮੁੱਕਦਾ ਪੰਜਾਬ ਅਤੇ ਉਹਦੇ 'ਚ ਹੀ ਮੈਨੂੰ ਹਲੇ 5 ਸਾਲ ਚਾਹੀਦੇ ਮਿਨੀਮਮ ਜਿਹੜੇ ਹਿੰਦੂ ਟੈਂਪਲਸ ਨੇ 400 ਟੈਂਪਲ ਮੈਂ ਹੁਣ ਤੱਕ ਖੋਜਿਆ ਠੀਕ ਹੈ ਜੀ 1000 ਮੈਂ ਸਿੱਖ ਹਿਸਟਰੀ ਦੀ ਜਿਹੜੀ ਜੁੜੀਆਂ ਹੋਈਆਂ ਚੀਜ਼ਾਂ ਨੇ ਉਹਨਾਂ ਦੇ ਬਾਰੇ 'ਚ ਮੈਂ ਖੋਜ ਕੀਤੀ ਹੈ ਐਵੇਂ ਨਹੀਂ ਕੀਤੀ ਜਦੋਂ ਕਿ ਕਿਤਾਬਾਂ 'ਚ ਰੈਫਰੈਂਸ ਮਿਲਦੇ ਨੇ ਆਰਟੀਕਲ ਮਿਲਦੇ ਨੇ ਔਨਲਾਈਨ ਉਹਨਾਂ ਦਾ ਵਜੂਦ ਮੌਜੂਦ ਹੈ ਸਿਆਣੇ ਗੱਲਾਂ ਕਰਦੇ ਆ ਫਲਾਣੀ ਜਗ੍ਹਾ ਦੇ ਉੱਤੇ ਸਿੱਖ ਇਤਿਹਾਸ ਆ ਫਲਾਣੀ ਚੀਜ਼ ਪਈ ਹੋਈ ਹੈ ਫਲਾਣੀ ਚੀਜ਼ ਜੁੜੀ ਹੋਈ ਹੈ ਇਤਿਹਾਸ ਦੇ ਨਾਲ ਜਿਹੜੇ ਮੰਦਿਰ ਨੇ ਫਲਾਣਾ ਮੰਦਿਰ ਜਿਹੜਾ ਸੀ ਬਹੁਤ ਵੱਡਾ ਸੀ ਅਤੇ ਕੁੰਭ ਦਾ ਮੇਲਾ ਲੱਗਦਾ ਮੈਨੂੰ ਵੀ ਪਤਾ ਕੁੰਭ ਦਾ ਮੇਲਾ ਕੀ ਹੁੰਦਾ ਲੇਕਿਨ ਆਖਰ ਕਿਸੇ ਨੇ ਦੱਸਿਆ ਇਹ ਸੀਨਾ ਪਸੀਨਾ ਗੱਲਾਂ ਚੱਲਦੀਆਂ ਨੇ ਇੱਦਾਂ ਨਹੀਂ ਹੈ ਕਿ ਸਾਰੇ ਲੋਕ ਨਹੀਂ ਦੱਸਦੇ ਹਾਂ ਉਹਨਾਂ ਨੂੰ ਨਹੀਂ ਦੱਸਿਆ ਜਾਂਦਾ ਜਿਹੜੇ ਜਾਣਨਾ ਨਹੀਂ ਚਾਹੁੰਦੇ ਜਿਹੜੇ ਜਾਣਨਾ ਚਾਹੁੰਦੇ ਆ ਉਹਨਾਂ ਵਾਸਤੇ ਇੰਟਰਨੈਟ ਵੀ ਖੁੱਲ੍ਹਾ ਉਹਨਾਂ ਵਾਸਤੇ ਬੁੱਕਸ ਵੀ ਖੁੱਲ੍ਹੀਆਂ ਨੇ ਔਰ ਔਨਲਾਈਨ ਜਿਹੜੇ ਨੇ ਪਏ ਹੋਏ ਨੇ ਜਿੰਨੇ ਸੋਰਸਿਸ ਨੇ ਉਹ ਯੂਜ਼ ਕਰਦੇ ਨੇ ਮੈਂ ਉਹਨਾਂ ਨੂੰ ਯੂਜ਼ ਕਰਦਾ ਇਸ ਇਸ਼ੂ ਨੂੰ ਲੰਬਾ ਨਾ ਹੀ ਕਰੀਏ ਥੋੜ੍ਹਾ ਜਿਹਾ ਕੰਟਰੋਵਰਸ਼ਲ ਜਿਹਾ ਵੀ ਹੈਗਾ ਚਲੋ ਤੁਸੀਂ ਆਪਣੇ ਸਫਾਈ ਦਿੱਤੀ ਥੈਂਕ ਯੂ ਵੈਰੀ ਮੱਚ ਅਤੇ ਅਗਲਾ ਸਵਾਲ ਵੈਸੇ ਮੇਰਾ ਇਹ ਹੈ ਵੀ ਪਾਕਿਸਤਾਨ ਦੇ ਕੁਝ ਸਕੂਲਾਂ 'ਚ ਪੰਜਾਬੀ ਨੂੰ ਮਾੜਾ ਗਿਆ ਪਿੱਛੇ ਜਾਏ ਕੋਈ ਮਿਨਿਸਟਰ ਦਾ ਦੇ ਸਕੂਲ ਹੈ ਕੋਈ ਗਰੁੱਪ ਆਫ ਸਕੂਲ ਹੈਗਾ ਉਹ ਨਾਮ ਮੈਨੂੰ ਭੁੱਲ ਗਿਆ ਉਹਨਾਂ ਦਾ ਅਤੇ ਕੀ ਇੰਝ ਕਰਨਾ ਠੀਕ ਹੈ ਤੁਹਾਡੇ ਪੰਜਾਬੀ ਬੋਲੀ ਬਾਰੇ ਕੀ ਵਿਚਾਰ ਹੈਗੇ ਆ ਇਹਨਾਂ ਬਾਰੇ ਚੰਦ ਸ਼ਬਦਾਂ 'ਚ ਅੱਛਾ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਹੈ ਕਿ ਈਸਟ ਪੰਜਾਬ ਦੇ ਵਿੱਚ ਟੋਟਲੀ ਸੰਸਕ੍ਰਿਤ ਤੋਂ ਇੰਸਪਾਇਰਡ ਹੈ ਸਾਰਾ ਲਹਿਜਾ ਅੱਧੀ ਜਿਹੜੀ ਹੈ ਹਿੰਦੀ ਬੋਲੀ ਜਾਂਦੀ ਹੈ ਉਹਨਾਂ ਨੂੰ ਕੋਈ ਨਹੀਂ ਪੁੱਛਦਾ ਲੇਕਿਨ ਪਾਕਿਸਤਾਨ ਦੇ ਅੰਦਰ ਜਿਹੜੇ 12 ਡਾਇਲੈਕਟ ਓਰਿਜਨਲ ਮੌਜੂਦ ਨੇ ਜਿਨ੍ਹਾਂ ਦੇ ਵਿੱਚ ਰੱਲਾ ਹੀ ਕੋਈ ਨਹੀਂ ਹੈ ਉਹਨਾਂ ਦੇ ਬਾਰੇ ਕੋਈ ਚਰਚਾ ਨਹੀਂ ਕਰਦਾ 12 ਡਾਇਲੈਕਟ ਮੇਰੇ ਕੋਲ ਮਹਿਫੂਜ਼ ਨੇ ਔਰ ਅਸੀਂ ਪਾਕਿਸਤਾਨ ਦਾ 63% ਹਾਂ 63% ਪੰਜਾਬੀ ਹਾਂ ਅਸੀਂ ਉਹਦੇ ਹਿਸਾਬ ਨਾਲ ਅਸੀਂ 12 ਕਰੋੜ ਬਣਨੇ ਹਾਂ 12 ਕਰੋੜ ਦੇ ਵਿੱਚੋਂ ਫਿਰ 2 ਕਰੋੜ ਆਪਣੇ ਘਰਾਂ ਦੇ ਵਿੱਚ ਜਾਂ ਬੱਚਿਆਂ ਨੂੰ ਨਹੀਂ ਪੰਜਾਬੀ ਸਿਖਾਉਂਦੇ ਅਤੇ 10 ਕਰੋੜ ਤਾਂ ਬੋਲਦੇ ਮੈਨੂੰ ਦੱਸੋ ਦੁਨੀਆਂ 'ਚ ਕਿੱਥੇ 10 ਕਰੋੜ ਆਬਾਦੀ ਹੈ ਪੰਜਾਬੀਆਂ ਦੀ ਹੋਰ ਕਿਆ ਇੰਡੀਆ ਦੇ ਈਸਟ ਪੰਜਾਬ ਦੇ ਵਿੱਚ ਦੱਸਿਆ ਜਾਂਦਾ ਸਿਲੇਬਸ 'ਚ ਪੜ੍ਹਾਇਆ ਜਾਂਦਾ ਕਿ ਦੁਨੀਆਂ ਦੀ ਸਭ ਤੋਂ ਵੱਡੀ ਮੈਜੋਰਟੀ ਜਿਹੜੀ ਪੰਜਾਬੀਆਂ ਦੀ ਬੈਠੀ ਹੋਈ ਹੈ ਉਹ ਵੈਸਟ ਨੌਰਥ ਵੈਸਟ ਪੰਜਾਬ 'ਚ ਬੈਠੀ ਹੈ ਉਹ ਪੰਜਾਬੀ ਚਾਹੇ ਬੱਬੂ ਮਾਨ ਗਾਵੇ ਚਾਹੇ ਗੁਰਦਾਸ ਮਾਨ ਗਾਏ ਜਾਂ ਬੇਬੇ ਸੁਰਿੰਦਰ ਕੌਰ ਗਾਏ ਉਹ ਸਾਰੇ ਗਾਣੇ ਉੱਥੇ ਗਲੀਆਂ ਦੇ ਵਿੱਚ ਮਸ਼ਹੂਰ ਹੁੰਦੇ ਕਿਆ ਦੱਸਦੀ ਹੈ ਕੋਈ ਕੋਈ ਅਖਬਾਰ ਦੱਸਦੀ ਹੈ ਨਹੀਂ ਦੱਸਦੀ ਤਾਂ ਮੈਂ ਕਹਿ ਰਿਹਾ ਵੀ ਜਿਸ ਭਾਸ਼ਾ ਦੇ ਵਿੱਚ ਗੀਤ ਲਿਖੀ ਗਈ ਹਾਂਜੀ ਜਿਸ ਭਾਸ਼ਾ 'ਚ ਮਿਰਜ਼ਾ ਲਿਖਿਆ ਗਿਆ ਪੀਲੂ ਨੇ ਜਾਂ ਹਰਿੰਦਰ ਗੁਰਦਾਸ ਨੇ ਲਿਖਿਆ ਹੀਰ ਬਾਰਿਸ਼ਾ ਨੇ ਲਿਖੀ ਦੇਖੋ ਦੁੱਲਾ ਭੱਟੀ ਸਾਰਾ ਦੇਖੋ ਹੀਰ ਰਾਂਝਾ ਸੱਸੀ ਪੁੰਨੂ ਸੋਹਣੀ ਮਹੀਵਾਲ ਕਿਆ ਇਹ ਇਹਨਾਂ ਦਾ ਕਿਸੇ ਦਾ ਵੀ ਵਜੂਦ ਈਸਟ ਪੰਜਾਬ ਦੇ ਨਾਲ ਵੀ ਜੁੜਦਾ ਜਾ ਕੇ ਨਹੀਂ ਮਾੜੀ ਭਾਸ਼ਾ ਕਿਹਾ ਉਹਨਾਂ ਨੇ ਮਾੜੀ ਭਾਸ਼ਾ ਖਰਾਬ ਭਾਸ਼ਾ ਦੇਖੋ ਉਹ ਚੰਗੇ ਮੰਦੇ ਹਰ ਪਾਸੇ ਦੇ ਲੋਕ ਉਹਨਾਂ ਲਈ ਪਾਕਿਸਤਾਨੀ ਪੰਜਾਬੀਆਂ ਨੇ ਕਿੰਨਾ ਪ੍ਰੋਟੈਸਟ ਕੀਤਾ ਠੀਕ ਹੈ ਚਲੋ ਉਹਦੇ ਤੁਸੀਂ ਆਰਟੀਕਲਸ ਦੇਖੋ ਉਹਨਾਂ ਲੋਕਾਂ ਬਾਰੇ ਦੇਖੋ ਅੱਛਾ ਕੁਝ ਐਸੀਆਂ ਵਿਰਾਸਤੀ ਸਥਾਨਾਂ ਐਸੇ ਸਥਾਨਾਂ ਜਾਂ ਇਮਾਰਤਾਂ ਜਾਂ ਕੋਈ ਵਿਰਾਸਤੀ ਥਾਵਾਂ ਦੇ ਬਾਰੇ ਜੇ ਤੁਸੀਂ ਕੋਈ ਨਾਂ ਲੈਣਾ ਚਾਹੋ ਜਿਹਨਾਂ ਦੀ ਕੋਈ ਆਰਕੀਟੈਕਚਰਲ ਖਾਸੀਅਤ ਹੋਵੇ ਜੀ ਜੀ ਕੋਈ ਯੂਨੀਕਨੈਸ ਹੋਵੇ ਵੀ ਉਹ ਉਹਨਾਂ ਦੇ ਕੋਈ ਆਰਕੀਟੈਕਚਰ ਨੂੰ ਪੱਖੋਂ ਉਹਨਾਂ ਦੇ ਉੱਤੇ ਕੋਈ ਮੀਨਾਕਾਰੀ ਜਾਂ ਕੋਈ ਹੋਰ ਇੱਦਾਂ ਦਾ ਜੋ ਸਾਰਾ ਕੀਤਾ ਗਿਆ ਕੋਈ ਇੱਦਾਂ ਦੀਆਂ ਬਿਲਡਿੰਗਾਂ ਦੇ ਨਾਂ ਲੈਣੇ ਚਾਹੋ ਕੋਈ 12 ਦਰਿਆ ਦੇ ਕੋਈ ਬਾਗਾਂ ਦੇ ਜਾਂ ਕੋਈ ਕਿਲ੍ਹਿਆਂ ਦੇ ਉਹ ਤੁਸੀਂ ਵੀ ਦੱਸ ਸਕਦੇ ਹੋ ਮੈਂ ਕਹਾਂਗਾ ਮਹਾਰਾਜ ਕਿ ਇੰਨਾ ਕੁਛ ਤੁਹਾਡੇ ਪੁਰਖ ਉੱਥੇ ਛੱਡ ਕੇ ਆਏ ਆ ਕਿ ਮੈਨੂੰ ਡਿਸਕ੍ਰਾਈਬ ਕਰਨ ਲਈ ਹਲੇ ਮੈਂ ਲੱਗਾ ਹੋਇਆ ਪਿਛਲੇ 3-4 ਸਾਲ ਤੋਂ ਮੈਨੂੰ 5 ਸਾਲ ਹੋਰ ਚਾਹੀਦੇ ਮਜ਼ੀਦ ਠੀਕ ਇੱਥੋਂ ਤੁਸੀਂ ਅੰਦਾਜ਼ਾ ਕਰ ਲਓ ਕਿ ਕੀ ਜਮਰੋਦ ਦੇ ਕਿਲ੍ਹੇ ਤੋਂ ਸ਼ੁਰੂ ਹੋ ਜਾਓ ਅਤੇ ਮੁਜ਼ੱਫਰਾਬਾਦ ਦੇ 6ਵੀਂ ਪਾਤਸ਼ਾਹੀ ਦਾ ਗੁਰਦੁਆਰਾ ਲੈ ਕੇ ਅਤੇ ਥਰੂ ਆਊਟ ਤੁਸੀਂ ਥੱਲੇ ਆਉਂਦੇ ਜਾਓ ਅਟਕ ਹਰੀਪੁਰ ਮਾਨਸੇਰਾ
ਚਿੱਟੀ ਗੱਡੀ, ਫਿਰ ਉਸ ਤੋਂ ਬਾਅਦ ਰਾਵਲ ਪਿੰਡੀ, ਕਿਆ ਬਾਤ ਹੈ, ਕਿਆ ਤੁਹਾਡੇ ਸਿਲੇਬਸ 'ਚ ਦੱਸਿਆ ਜਾਂਦਾ ਕਿ 47 ਤੋਂ ਪਹਿਲੇ ਸਿੱਖਿਜ਼ਮ ਦਾ ਜਿਹੜਾ ਹੈੱਡਕੁਆਟਰ ਸੀ ਉਹ ਕਿੱਥੇ ਸੀਗਾ? ਸਿੱਖਿਜ਼ਮ ਦਾ ਹੈੱਡਕੁਆਟਰ ਨੌਰਥ ਵੈਸਟ ਪੰਜਾਬ ਦੇ ਅੰਦਰ ਰਾਵਲ ਪਿੰਡੀ ਦੇ ਅੰਦਰ ਸੀ, ਜਿੱਥੇ ਅੱਜ ਵੀ 60% ਸ਼ਹਿਰ ਜਿਹੜਾ ਸਿੱਖਾਂ ਸਰਦਾਰਾਂ ਦੇ ਨਾਮ 'ਤੇ ਬੋਲਿਆ ਜਾਂਦਾ। ਉਹ ਸਟਰੀਟਸ ਦਾ ਨਾਮ ਜਿਹਨੂੰ ਕਿ ਅੰਗਦਪੁਰਾ, ਜਿਹਨੂੰ ਕਿ ਕਰਤਾਰਪੁਰਾ, ਜਿਹਨੂੰ ਕਿ ਅਕਾਲਗੜ੍ਹ ਜਾਂ ਬਾਗ ਸਰਦਾਰਾਂ, ਇਹਨਾਂ ਜਗ੍ਹਾ ਦੇ ਨਾਮ ਤੋਂ ਜਾਣਿਆ ਜਾਂਦਾ। ਕਿਆ ਦੱਸਿਆ ਜਾਂਦਾ ਕਿਤੇ ਈਸਟ ਪੰਜਾਬ ਦੀ ਕਿਸੇ ਕਿਤਾਬ ਦੇ ਵਿੱਚ ਕਿ ਰਾਵਲ ਪਿੰਡੀ ਦੇ ਮੇਨ ਸ਼ਹਿਰ ਰਾਜਾ ਬਾਜ਼ਾਰ ਦੇ ਵਿੱਚ ਨਰਮਕਾਰੀ ਚੌਕ ਦੇ ਵਿੱਚ 4 ਗੁਰਦੁਆਰੇ ਮੌਜੂਦ ਨੇ, ਜਿਨ੍ਹਾਂ ਦੇ ਵਿੱਚ 3 ਸਕੂਲ ਨੇ ਔਰ 1 ਦੇ ਵਿੱਚ ਕਸ਼ਮੀਰੀ ਮੁਹਾਜ਼ਰੀਨ ਰਹਿੰਦੇ ਨੇ? ਕਿਆ ਦੱਸਿਆ ਜਾਂਦਾ ਕਿਤੇ ਕਿ ਵੀ ਉਹ 4 ਗੁਰਦੁਆਰੇ ਆਪਣੀ ਨੀਂਹ ਪੱਥਰ ਦੇ ਨਾਲ ਅੱਜ ਤੱਕ ਮੌਜੂਦ ਨੇ? ਨਹੀਂ, ਮੇਰੇ ਖਿਆਲ ਨਹੀਂ ਦੱਸਿਆ ਜਾਂਦਾ ਕਿ ਈਸਟ ਪੰਜਾਬ ਦਾ। ਮੈਂ ਕਹਾਂਗਾ ਉੱਥੇ ਦੇ ਸਰ ਰਾਏ ਬਹਾਦਰ ਸੁਜਾਨ ਸਿੰਘ ਜੀ ਦਾ ਜ਼ਿਕਰ ਨਾ ਕੀਤਾ ਜਾਵੇ, ਅਗਰ ਉਹਨਾਂ ਦੀ ਹਵੇਲੀ ਜਾਂ ਉਹਨਾਂ ਨੇ ਬਣਾਏ ਹੋਏ ਟੈਂਪਲ ਜਿਹੜੇ ਨੇ ਸਾਹਿਬ ਇੱਦਾਂ ਦੇ, ਹੁਣ ਜਿਹੜੇ ਪਿੰਡ ਆ ਪੰਜਾਬ 'ਚ, ਤਾਂ ਸਾਡੇ ਨਹੀਂ, ਪਿੰਡ ਦੀ ਗੱਲ ਨਹੀਂ ਕਰ ਰਿਹਾ ਮੈਂ, ਸਿਟੀ ਦੀ ਗੱਲ ਕਰ ਰਿਹਾ। ਸਾਡੇ ਵੱਲ ਵੀ ਕੋਈ ਮੁਹੰਮਦਪੁਰਾ ਆ, ਕੋਈ ਇੱਦਾਂ ਦੇ ਪਿੰਡ ਜਿਹੜੇ ਹੋਰਾਂ ਨਾਵਾਂ ਨਾਲ ਚੱਲਦੇ ਸਨ? ਨਹੀਂ ਵੀਰ ਜੀ, ਉਹਨਾਂ ਦੇ ਆਰਕੀਟੈਕਚਰ ਜਿਹੜੇ ਤੁਸੀਂ ਕਿਹਾ ਇੰਸਪਾਇਰਿੰਗ ਆਰਕੀਟੈਕਚਰ ਨੇ, ਉਹਨਾਂ ਦੀ 7 ਮੰਜ਼ਿਲਾ ਹਵੇਲੀ ਜਿਹੜੀ ਹੈ ਅੱਜ ਵੀ ਆਈਕੋਨ ਹੈ ਰਾਵਲ ਪਿੰਡੀ ਦਾ, ਰਾਏ ਬਹਾਦਰ ਸਰ ਸੁਜਾਨ ਸਿੰਘ ਦਾ। ਫਿਰ ਉਹਨਾਂ ਦਾ ਬਣਾਇਆ ਹੋਇਆ ਬੱਚਨ ਨਿਵਾਸ ਜਿਹੜਾ, ਜਿਹਦੇ ਵਿੱਚ ਅੱਜ ਕੱਲ੍ਹ ਇੱਕ ਸਿਰਫ ਵਿਮੈਨ ਵਾਸਤੇ ਜਿਹੜੀ ਹੈ ਯੂਨੀਵਰਸਿਟੀ ਪੂਰੀ ਕਾਇਮ ਕੀਤੀ ਗਈ ਹੈ, ਉਹ ਬੱਚਨ ਨਿਵਾਸ ਦੇ ਅੰਦਰ ਬਣੀ ਹੋਈ ਹੈ। ਪਹਿਲੇ ਪਾਕਿਸਤਾਨ ਦੀ ਪੁਰਾਣੀ ਪ੍ਰੈਜ਼ੀਡੈਂਸੀ ਸੀ, ਉਹਦਾ ਵਾਲ ਆਰਟ, ਉਹਦੀ ਛੱਤ ਦਾ ਆਰਟ ਦੇਖਣ ਵਾਲਾ। ਤੁਸੀਂ ਬਾਗ ਸਰਦਾਰਾਂ ਚਲੇ ਜਾਓ, ਬੇਸ਼ੱਕ ਉੱਥੇ ਹਲੇ ਰਿਸਰਚ ਅਸੀਂ ਨਹੀਂ ਕਰ ਸਕਦੇ, ਲੇਕਿਨ ਉਹਦੇ ਐਵੀਡੈਂਸ ਮੌਜੂਦ ਹੈ ਕਿ ਉਹਦੇ ਇੰਚ ਦੇ ਉੱਤੇ ਇੱਕ ਆਰਟ ਜਿਹੜਾ ਖਾਲਸਾ ਆਰਟ ਜਿਹੜਾ ਭਰਿਆ ਹੋਇਆ। ਬਾਬਾ ਖੇਮ ਸਿੰਘ ਬੇਦੀ ਜੀ ਦੀ ਹਵੇਲੀ ਰਾਵਲ ਪਿੰਡੀ ਤੋਂ 23 ਕਿਲੋਮੀਟਰ ਦੇ ਫਾਸਲੇ 'ਤੇ ਹੈ, 5 ਮੰਜ਼ਿਲਾ ਹਵੇਲੀ ਹੈ, 54 ਕਮਰਾ ਹੈ। ਉਹਦਾ ਵਾਲ ਆਰਟ ਤੁਹਾਨੂੰ ਪੂਰੀ ਦੁਨੀਆ ਦੇ ਵਿੱਚ ਨਹੀਂ ਮਿਲੇਗਾ ਜਿੱਦਾਂ ਦਾ ਉੱਥੇ ਵਾਲ ਆਰਟ ਕੀਤਾ ਹੈ। ਔਰ ਜੈਸੇ ਕਲਰਸ ਨੇ ਕੋਂਬੀਨੇਸ਼ਨ ਦੇਖ ਕੇ ਬੰਦਾ ਇੱਕ ਵਾਰੀ ਪਰੇਸ਼ਾਨ ਹੋ ਜਾਂਦਾ ਕਿ ਯਾਰ ਪੰਜਾਬੀ ਕਲਚਰ ਐਂਡ ਹੈਰੀਟੇਜ ਔਰ ਉੱਥੇ ਦਾ ਵਾਲ ਫਰੈਸਕੋ ਇੰਨਾ ਰਿਚ ਸੀਗਾ, ਮਜਬੂਰ ਹੋ ਜਾਂਦਾ ਸੋਚਣ ਦੇ ਉੱਤੇ। ਅੱਛਾ, ਅਗਲੀ ਗੱਲ ਇਹ ਕਿ ਯੂ ਹੈਵ ਬੀਨ ਅ ਰਿਸਰਚ ਸਕਾਲਰ ਐਂਡ ਆਈ ਥਿੰਕ ਨਾਵਲਟੀ ਐਂਡ ਇਨੋਵੇਸ਼ਨ ਆਰ ਦਾ ਬੇਸਿਸ ਆਫ ਐਵਰੀ ਰਿਸਰਚ। ਜੀ ਜੀ ਵੀਰ ਜੀ, ਨਾਵਲਟੀ ਦਾ ਮਤਲਬ ਤੁਸੀਂ ਸਮਝੇ ਨਵਾਂਪਣ, ਅਤੇ ਇਨੋਵੇਸ਼ਨ ਦਾ ਮਤਲਬ ਯੂਨੀਕਨੈਸ ਕਹਿ ਲਓ ਜਾਂ ਵਿਲੱਖਣਤਾ ਕਹਿ ਲਓ ਪੰਜਾਬੀ ਦੇ ਵਿੱਚ। ਅਤੇ ਤੁਸੀਂ ਜੋ ਵੀ ਤੁਹਾਡੀ ਇਸ ਵੇਲੇ ਤੁਸੀਂ ਖੋਜ ਕੀਤੀ ਆ ਹੁਣ ਤੱਕ, ਜੀ ਜੀ, ਜਾਂ ਕਿਤਾਬਾਂ ਲਿਖੀਆਂ, ਉਹਨਾਂ ਦਾ ਜ਼ਿਕਰ ਜਾਂ ਹਵਾਲਾ ਹੋਰ ਕਿਸੇ ਪਾਸੇ ਲੋਕਾਂ ਨੇ ਕਦੇ ਦਿੱਤਾ ਹੋਵੇ, ਉਸ ਹਵਾਲੇ ਬਾਰੇ ਕੋਈ ਰੈਫਰੈਂਸ ਬਾਰੇ ਥੋੜ੍ਹਾ ਜਾਣਨਾ ਪਾਉਂਗੇ? ਮੈਂ ਕਹਾਂਗਾ ਜੀ ਕਿ ਮੈਂ ਇਸ ਗੱਲੋਂ ਬਹੁਤ ਖੁਸ਼ ਨਸੀਬ ਹਾਂ ਕਿ ਹਲੇ ਤੱਕ ਮੈਂ ਕੋਈ ਕਿਤਾਬ ਨਹੀਂ ਲਿਖੀ, ਕਿਉਂਕਿ ਜਦ ਤੱਕ ਮੇਰੀ ਰਿਸਰਚ ਮੁਕੰਮਲ ਨਹੀਂ ਹੋਏਗੀ ਮੈਨੂੰ ਲੋਕਾਂ ਨੇ ਕਿਹਾ ਤੁਸੀਂ ਬਹੁਤ ਕਰ ਲਿਆ। 1500 GB ਡਾਟਾ ਮੇਰੇ ਕੋਲ ਮੌਜੂਦ ਹੈ ਹਿੰਦੂ ਟੈਂਪਲਸ ਔਰ ਸਿੱਖ ਇਤਿਹਾਸ ਬਾਰੇ, 1000 GB ਦੇ ਕਰੀਬ ਸਿਰਫ ਮੇਰੇ ਕੋਲ ਡਾਟਾ ਮੌਜੂਦ ਹੈ ਜਿਹੜਾ ਕਿ ਸਿੱਖ ਇਤਿਹਾਸ ਨਾਲ ਜੁੜਿਆ ਹੋਇਆ, ਖਾਲਸਾ ਰਾਜ ਨਾਲ ਜੁੜਿਆ ਹੋਇਆ, ਤੁਹਾਡੇ ਆਰਕੀਟੈਕਚਰ ਨਾਲ ਵਾਲ ਫਰੈਸਕੋ ਨਾਲ ਜੁੜਿਆ ਹੋਇਆ, ਉਹ ਮੌਜੂਦ ਹੈ। ਲੇਕਿਨ ਜਦ ਤੱਕ ਉਹ ਪੂਰਾ ਨਹੀਂ ਹੁੰਦਾ ਮਹਾਰਾਜ, ਮੈਂ ਕਿਸ ਤਰ੍ਹਾਂ ਉਹਨੂੰ ਇੱਕ ਪ੍ਰਿੰਟ ਦੀ ਸੂਰਤ ਦੇ ਦੇਵਾਂ? ਲੇਕਿਨ ਫੇਸਬੁੱਕ ਦੇ ਉੱਤੇ ਮੇਰਾ ਡਾਟਾ ਮੋਟਾ ਮੋਟਾ ਸਾਰਾ ਮੌਜੂਦ ਹੈ ਕਿ ਮੈਂ ਕੀ ਕੰਮ ਕਰ ਰਿਹਾ ਹਾਂ, ਕਿਸ ਚੀਜ਼ ਬਾਰੇ ਕਰ ਰਿਹਾ। ਮੇਰੇ ਤੋਂ, ਮੇਰੇ ਇਸ ਵਰਕ ਤੋਂ ਮੈਨੂੰ, ਮੇਰੇ ਨਾਲ ਰਾਬਤਾ ਕੀਤਾ ਸੀ ਅਮਰਦੀਪ ਸਿੰਘ ਜੀ ਨੇ, ਉਹਨਾਂ ਨੇ ਲੋਸਟ ਹੈਰੀਟੇਜ ਬੜੀ ਅੱਛੀ ਔਰ ਬੜੀ ਵੱਡੀ ਕਿਤਾਬ ਲਿਖੀ ਹੈ, ਔਰ ਉਹਨਾਂ ਨੇ ਮਤਲਬ ਮੇਰੇ ਕੋਲ ਆਏ, ਮੈਂ ਉਹਨਾਂ ਨਾਲ ਗਿਆ, ਅਸੀਂ ਉਹਨਾਂ ਦੀ ਬਕਾਇਦਾ ਹੈਲਪ ਕੀਤੀ। ਡਾਕਟਰ ਦਲਵੀਰ ਸਿੰਘ ਪੰਨੂ ਨੇ USA ਤੋਂ, ਉਹਨਾਂ ਦੇ ਸਭ ਡੈਂਟਲ ਕਲੀਨਿਕ ਨੇ ਉੱਥੇ, ਉਹ ਪਾਕਿਸਤਾਨ ਦੀ ਪੰਜਾਬ ਵਾਲੀ ਜਿਹੜੀ ਹਿਸਟਰੀ ਹੈ ਉਹਦੇ ਬਾਰੇ ਬਹੁਤ ਕੁਛ ਲਿਖ ਰਹੇ ਨੇ, ਲੇਕਿਨ ਸਾਹਮਣੇ ਨਹੀਂ ਲੈ ਕੇ ਆ ਰਹੇ। ਗੁਰਪ੍ਰੀਤ ਸਿੰਘ ਆਨੰਦ ਜੀ ਨੇ ਦਿੱਲੀ ਤੋਂ, ਉਹ ਬਹੁਤ ਜ਼ਿਆਦਾ ਇੰਸਪਾਇਰਡ ਨੇ ਪਾਕਿਸਤਾਨ ਦਾ, ਜਦੋਂ ਟ੍ਰਿਪ ਕਰਦੇ ਨੇ ਉਸ ਵੇਲੇ ਉਹ ਹਿਸਟੋਰੀਕਲ ਪਲੇਸਿਸ ਜਿੰਨੀਆਂ ਵੀ ਨੇ ਉਹਨਾਂ ਦੇ ਮਤਲਬ ਲਿਖਦੇ ਨੇ। ਲੇਕਿਨ ਮੈਂ ਕਹਾਂਗਾ ਕਿ ਇੱਕ ਡਿਫਰੈਂਟ ਤਰੀਕੇ ਦਾ ਆਰਕੀਟੈਕਚਰ ਸੀ। ਅਗਰ ਤੁਸੀਂ ਕਹਿੰਦੇ ਹੋ ਕਿ ਪੰਜਾਬੀ ਆਰਕੀਟੈਕਚਰ ਜਾਂ ਪੰਜਾਬੀ ਵਾਲ ਫਰੈਸਕੋ ਜਿਹੜਾ ਅਗਰ ਦੇਖਿਆ ਜਾਏ ਤਾਂ ਹਿੰਦੂ ਆਰਕੀਟੈਕਚਰ, ਉਧਰੋਂ ਪਰਸ਼ੀਅਨ ਆਰਕੀਟੈਕਚਰ, ਦੋਨਾਂ ਨੂੰ ਅਗਰ ਮਿਲਾ ਦਿੱਤਾ ਜਾਏ ਤਾਂ ਥੋੜ੍ਹਾ ਐਕਸਟੈਂਡ ਕਰੋ ਅਤੇ ਉਹ ਖਾਲਸਾ ਰਾਜ ਦੇ ਵਿੱਚ ਜਿਹੜੀਆਂ 12 ਦਰੀਆਂ ਬਣੀਆਂ ਜਾਂ ਨਕਾਰਖਾਨੇ ਬਣੇ ਜਾਂ ਹਵੇਲੀਆਂ ਬਣੀਆਂ ਜਾਂ ਉਹ ਪੈਲੇਸਿਸ ਜਾਂ ਉਹ 8 ਦਰੇ ਜਾਂ ਉੱਚੇ ਬੁਰਜ, ਮਤਲਬ ਕਿ ਇੱਕ ਆਈਕੋਨ ਹੈ ਲਾਹੌਰ ਦੇ ਵਿੱਚ, ਉੱਚੇ ਬੁਰਜ ਲਾਹੌਰ ਦੇ ਦੇਖਿਆ ਜਾਏ ਅਤੇ ਉਹ ਅੱਜ ਵੀ ਲੋਕ ਯਾਦ ਕਰਦੇ ਆ ਸ਼ੀਸ਼ ਮਹਿਲ ਦੇ ਉੱਤੇ, ਸ਼ਾਹਜਹਾਂ ਦੇ ਸ਼ੀਸ਼ ਮਹਿਲ ਦੇ ਉੱਤੇ ਜਾਂ ਅਕਬਰ ਦੇ ਸ਼ੀਸ਼ ਮਹਿਲ ਦੇ ਉੱਤੇ ਤੁਸੀਂ ਦੇਖੋ ਅਤੇ ਮਹਾਰਾਜਾ ਰਣਜੀਤ ਸਿੰਘ ਨੇ ਗੁਰੂ ਮਹਾਰਾਜ ਨੂੰ ਰੱਖਣ ਵਾਸਤੇ, ਮੱਥਾ ਟੇਕਣ ਵਾਸਤੇ ਲਾਹੌਰ ਦੀ ਸਭ ਤੋਂ ਉੱਚੀ ਜਗ੍ਹਾ ਜਿਹੜੀ ਸੀ ਬਣਾਈ ਸੀ, ਉਹ ਸੁਬਾਹ ਇਸ਼ਨਾਨ ਕਰਨ ਤੋਂ ਬਾਅਦ ਸਭ ਤੋਂ ਪਹਿਲੇ ਜਾ ਕੇ ਉੱਥੇ ਮੱਥਾ ਟੇਕਦੇ ਸੀ। ਉਸ ਤੋਂ ਬਾਅਦ ਥੱਲੇ 8 ਤਰ੍ਹਾਂ ਉਹਨਾਂ ਦਾ, ਕਿਉਂਕਿ ਮੁਗਲ ਦੌਰ 'ਚ ਵੀ 12 ਦਰੀਆਂ ਬਣਦੀਆਂ ਸੀ, ਲੇਕਿਨ ਮਹਾਰਾਜਾ ਰਣਜੀਤ ਸਿੰਘ ਨੇ 8 ਦਰਾਂ ਬਣਾਇਆ। ਲਾਹੌਰ ਅਗਰ ਤੁਸੀਂ ਸ਼ਾਲੀਮਾਰ ਗਾਰਡਨ 'ਚ ਜਾਂਦੇ ਹੋ ਤਾਂ ਉੱਥੇ ਵੀ ਇੱਕ ਨਕਾਰਖਾਨਾ, ਉੱਥੇ ਵੀ 8 ਦਰਾਂ ਬਣਿਆ ਹੋਇਆ ਜਿਹੜਾ ਕਿ ਆਪਣੀ ਮਿਸਾਲ ਆਪ ਹੈ ਪਾਕਿਸਤਾਨ ਵਿੱਚ, ਉਹਦੀ ਕੋਈ ਮਿਸਾਲ ਹੋਰ ਨਹੀਂ ਮਿਲਦੀ। ਬਹੁਤ ਜ਼ਿਆਦਾ ਸਾਰੀਆਂ ਹੋਰ ਸਰਵਿਸਿਜ਼ ਨੇ, ਤੁਸੀਂ ਟਿੱਲਾ ਜੋਗੀਆਂ 'ਤੇ ਚਲੇ ਜਾਓ, ਟਿੱਲਾ ਬਾਲ ਗੰਗਾਈ 'ਤੇ ਚਲੇ ਜਾਓ,
ਡਿਫਰੈਂਟ ਆਰਕੀਟੈਕਚਰ ਹੈ, ਮਤਲਬ ਕਿ ਤੁਸੀਂ ਉਹਨੂੰ ਆਰਾਮ ਨਾਲ ਆਇਡੈਂਟੀਫਾਈ ਕਰ ਸਕਦੇ ਹੋ। ਉਹਦੇ 'ਚ ਨਾਨਕ ਸ਼ਾਹੀ ਇੱਟ ਦਾ ਇਸਤੇਮਾਲ ਹੋਣਾ, ਉਹਦੇ 'ਚ ਹੋਰ ਚੀਜ਼ਾਂ ਐਸੀਆਂ ਵਾਲ ਫਰੈਸਕੋ ਦੇ ਅੰਦਰ, ਮਤਲਬ ਕਲਰ ਕੋਂਬੀਨੇਸ਼ਨ ਦੇ ਅੰਦਰ ਜਿਹੜੇ ਗੁੰਬਦ ਬਣੇ ਆ ਉਹਨਾਂ ਦੇ ਸਟਾਈਲ ਖਾਲਸਾ ਜੀ ਦੇ ਡਿਫਰੈਂਟ ਹੈ, ਜੇ ਤੋਂ ਆਇਡੈਂਟੀਫਿਕੇਸ਼ਨ ਆਰਾਮ ਨਾਲ ਹੋ ਜਾਂਦੀ ਹੈ। ਲੇਕਿਨ ਅਗਰ ਕਿਸੇ ਬੰਦੇ ਨੂੰ ਸ਼ੌਕ ਹੋਵੇ, ਇੰਟਰਸਟ ਹੋਵੇ, ਉਹਦੇ ਵਾਸਤੇ ਹੈ। ਬਾਕੀ ਆਮ ਬੰਦੇ ਵਾਸਤੇ ਤਾਂ ਸਿੰਪਲ ਆਰਕੀਟੈਕਚਰ ਹੈ, ਖਾਓ ਮਸਜਿਦ ਦਾ ਗੁੰਬਦ ਹੈ, ਖਾਓ ਗੁਰਦੁਆਰੇ ਦਾ ਗੁੰਬਦ ਹੈ, ਜਾਂ ਕਿਸੇ ਮਹਿਲ ਦਾ ਗੁੰਬਦ ਹੈ, ਉਹਦੇ ਲਈ ਉਹ ਸਾਰੇ ਗੁੰਬਦ ਬਰਾਬਰ ਨੇ। ਲੇਕਿਨ ਜਿਹਨਾਂ ਨੂੰ ਆਇਡੈਂਟੀਫਿਕੇਸ਼ਨ ਹੈ, ਜਿਹਨਾਂ ਨੂੰ ਸ਼ੌਕ ਹੈ ਕਿ ਵੀ ਹੁਣ ਜਿੱਦਾਂ ਮੈਂ ਇੱਟ ਦਾ ਜ਼ਿਕਰ ਕੀਤਾ ਕਿ ਛੋਟੀ ਇੱਟ ਹੁੰਦੀ ਸੀ ਉਹਨੂੰ ਕਿਹਾ ਜਾਂਦਾ ਸੀ ਮੁਗਲਈ, ਥੋੜ੍ਹੀ ਜਿਹੀ ਉਹਨੂੰ ਵੱਡੀ ਕਰ ਲਓ ਅਤੇ ਉਹ ਹੋ ਗਈ ਨਾਨਕ ਸ਼ਾਹੀ ਇੱਟ, ਕਿਉਂਕਿ ਖਾਲਸਾ ਰਾਜ 'ਚ ਵਰਤੀ ਗਈ ਉਹਨਾਂ ਦੀ ਆਪਣੀ। ਦੇਖੋ ਕਿੰਨਾ ਉੱਚਾ ਇਤਿਹਾਸ ਹੈ, ਕਿੰਨਾ ਵੱਡਾ ਇਤਿਹਾਸ ਹੈ ਕਿ ਆਪਣੀ ਇੱਟ ਵੀ ਜਿਹੜੀ ਹੈ ਉਹ ਅਲੱਗ ਬਣਾਈ ਗਈ, ਕਿ ਵੀ ਜਿਹੜੀ ਇੱਟ ਜਿਹੜੀ ਘੜੀ ਗਈ ਉਹਨੂੰ ਨਾਨਕ ਸ਼ਾਹੀ ਦਾ ਨਾਮ ਦਿੱਤਾ ਗਿਆ। ਫਿਰ ਬ੍ਰਿਟਿਸ਼ ਆਏ, ਬ੍ਰਿਟਿਸ਼ ਨੇ ਦੋ ਸੇਰੀ ਇੱਟ ਜਿਹੜੀ ਇੰਟਰਡਿਊਸ ਕਰਵਾਈ ਹੈ। ਅੱਜ ਪੂਰੀ ਦੁਨੀਆ ਜਿਹੜੀ ਇੱਟ ਯੂਜ਼ ਹੁੰਦੀ ਹੈ, ਜਿਹੜਾ ਸਾਈਜ਼ ਯੂਜ਼ ਹੁੰਦਾ ਉਹਦਾ 2 ਤੋਂ ਸਵਾ 2 ਸੇਰ ਹੁੰਦਾ, ਉਹਨੂੰ 2 ਸੇਰੀ ਇੱਟ ਕਿਹਾ ਜਾਂਦਾ, ਵਜ਼ਨ ਦੇ ਹਿਸਾਬ ਨਾਲ ਉਹ ਮੋਟੀ ਹੁੰਦੀ ਹੈ। ਇਸੇ ਤਰ੍ਹਾਂ ਸਿਵਲਾਈਜੇਸ਼ਨ ਜਿਸ ਤਰ੍ਹਾਂ ਚੇਂਜ ਹੁੰਦੀਆਂ ਨੇ, ਆ ਹਰ ਸਿਵਲਾਈਜੇਸ਼ਨ ਜਿਹੜੀ ਆਪਣੇ ਕੋਈ ਨਾ ਕੋਈ ਫੁੱਟਪ੍ਰਿੰਟ ਛੱਡ ਕੇ ਜਾਂਦੀ ਹੈ। ਲੇਕਿਨ ਪਾਕਿਸਤਾਨ ਦੇ ਅੰਦਰ ਮੈਂ ਕਹਾਂਗਾ ਕਿ ਖਾਲਸਾ ਇਤਿਹਾਸ ਦਾ 90% ਜਿਹੜਾ ਉਹ ਪਿਆ ਹੋਇਆ, ਉਹਦੇ 'ਤੇ ਮਾਰਬਲ ਨਹੀਂ ਚੜਿਆ, ਉਹਦੇ ਉੱਤੇ ਕਿਸੇ ਨੇ ਪਲਸਤਰ ਨਹੀਂ ਚਾੜੇ। ਉਹ ਜਿੱਦਾਂ ਦੇ ਸੀਗੇ 200 ਸਾਲ ਪਹਿਲੇ ਉਹ ਅੱਜ ਵੀ ਉੱਦਾਂ ਹੀ ਹੈ, ਜੇ ਅਗਰ 150 ਸਾਲ ਪਹਿਲੇ ਸੀ ਤਾਂ ਉੱਦਾਂ ਹੀ ਹੈ। ਜੇ ਪ੍ਰੀ ਪਾਰਟੀਸ਼ਨ ਜਿਹੜੇ ਲੋਕ ਹਵੇਲੀਆਂ ਛੱਡ ਕੇ ਗਏ ਨੇ, ਦਰਵਾਜ਼ੇ ਨੇ, ਖਿੜਕੀਆਂ ਨੇ, ਵਾਲ ਆਰਟ ਹੈ, ਮੈਂ ਕਸਮ ਨਾਲ ਮੈਂ ਸਲਾਮ ਕਰਨਾ ਵਾਂ ਆਪਣੀ ਕੌਮ ਨੂੰ ਕਿ ਉਹ ਸ਼ਬਦ ਲਿਖੇ ਹੋਏ ਟਾਇਲਾਂ ਦੇ ਉੱਤੇ, ਮਾਰਬਲ ਦੇ ਉੱਤੇ, ਉਹ ਗੁਰੂ ਘਰਾਂ ਦੇ ਬਾਹਰ ਸੇਵਾ ਕਰਵਾਈਆਂ ਲਿਖੀਆਂ ਹੋਈਆਂ ਮੇਰੇ ਭੈਣਾਂ ਭਰਾਵਾਂ ਦੇ, ਜਿਨ੍ਹਾਂ ਨੇ 47 ਤੋਂ ਪਹਿਲੇ ਕਿਸੇ ਖਾਲਸਾ ਸਕੂਲ ਦੀ ਸੇਵਾ ਕਰਵਾਈ ਸੀ, ਕਿਸੇ ਗੁਰਧਾਮ ਦੀ ਸੇਵਾ ਕਰਵਾਈ ਸੀ, ਉਹ ਅੱਜ ਤੱਕ ਮੇਰੇ ਕੋਲ ਇੰਨੇ ਰਿਕਾਰਡ ਮੌਜੂਦ ਹੈ। ਹਾਲਾਂਕਿ ਹਾਈਡਨ ਫਾਲਸ ਜਿਹੜੇ ਨੇ ਪੰਜਾਬ ਦੇ ਅੰਦਰ ਜਬ ਜਬ ਫੈਲੇ ਹੋਏ ਨੇ, ਪਤਾ ਹੀ ਨਹੀਂ ਲੱਗਦਾ ਕਿ ਕਿਹੜੀ ਕਿਹੜੀ ਕਿਹੜੇ ਪਿੰਡ 'ਚ ਮੈਂ ਜਾਵਾਂ ਜਿੱਥੇ ਮੈਨੂੰ ਇਤਿਹਾਸ ਦੇ ਉਪੰਨੇ ਨਹੀਂ ਮਿਲਣਗੇ। ਬਹੁਤ ਖੂਬ ਸ਼ਾਹਿਦ ਸਾਹਿਬ, ਔਰ ਤੁਸੀਂ ਬੜਾ ਲੰਬਾ ਚੌੜਾ ਵਿਸ਼ਾ ਹੈ, ਵੈਸੇ ਇੱਥੇ ਲੰਬਾ ਦੇਰ ਗੱਲ ਕੀਤੀ ਜਾ ਸਕਦੀ। ਤੁਸੀਂ ਥੋੜ੍ਹੇ ਟਾਈਮ ਦੇ ਵਿੱਚ ਬੜੇ ਆਪਣੇ ਅਥੈਂਟਿਕ ਵਿਊ ਦਿੱਤੇ ਹੈ ਸਿੱਖ ਇਤਿਹਾਸ ਬਾਰੇ, ਇਹਦੇ ਬਿਲਡਿੰਗਾਂ ਦੇ ਜਾਂ ਹੋਰ ਥਾਵਾਂ ਦੇ ਆਰਕੀਟੈਕਚਰ ਆਸਪੈਕਟ ਬਾਰੇ, ਖਾਸ ਕਰਕੇ ਉਹਨਾਂ ਦੀ ਐਂਟੀਕੁਇਟੀ ਬਾਰੇ ਖਾਸ ਕਰਕੇ। ਤੁਹਾਡਾ ਮੈਂ ਬਹੁਤ ਧੰਨਵਾਦ ਕਰਦਾ ਆਪਣੇ ਵੱਲੋਂ, ਆਪਣੇ ਅਖਬਾਰ ਵੱਲੋਂ। ਪਿਆਰੇ ਦਰਸ਼ਕੋ, ਹੁਣੇ ਹੁਣੇ ਮੈਂ ਤੁਹਾਨੂੰ ਰੂਬਰੂ ਕਰਾ ਰਿਹਾ ਸੀ ਸ਼ਾਹਿਦ ਸ਼ਬੀਰ ਸਾਹਿਬ ਨੂੰ, ਜਿਹੜੇ ਕਿ ਪਾਕਿਸਤਾਨ ਦੇ ਮਸ਼ਹੂਰ ਇਤਿਹਾਸਕਾਰ ਹੈ। ਉਹਨਾਂ ਦੇ ਖਾਸ ਤੌਰ 'ਤੇ ਖੋਜ ਕੀਤੀ ਸਿੱਖ ਇਤਿਹਾਸ ਦੇ ਬਾਰੇ, ਜਿਹੜੀ ਤੁਸੀਂ ਸਾਰੀ ਸੁਣੀ ਲਈ ਆ, ਬੜੇ ਡਿਟੇਲ ਦੇ ਵਿੱਚ ਇਹਨਾਂ ਨੂੰ ਬਿਆਨ ਕੀਤੀ ਆ, ਬੜੇ ਆਦਰ ਅਤੇ ਅਦਬ ਨਾਲ ਇਹਨਾਂ ਨੂੰ ਸਾਨੂੰ ਇੱਥੇ ਵੈਲਕਮ ਕੀਤਾ ਗਿਆ ਸਰਦਾਰ ਸਾਹਿਬ ਰੈਸਟੋਰੈਂਟ ਵਿੱਚ। ਵਰਿੰਦਰ ਸਿੰਘ ਅਤੇ ਤੇਜਿੰਦਰ ਸਿੰਘ ਨੇ, ਮੈਂ ਵਰਿੰਦਰ ਸਿੰਘ ਅਤੇ ਤੇਜਿੰਦਰ ਸਿੰਘ ਦਾ ਧੰਨਵਾਦ ਕਰਦਾ, ਸਰਦਾਰ ਸਾਹਿਬ ਰੈਸਟੋਰੈਂਟ ਦਾ ਧੰਨਵਾਦ ਕਰਦਾ, ਸਾਰੇ ਦਰਸ਼ਕਾਂ ਦਾ, ਵਿਊਰ ਦਾ ਬਹੁਤ ਬਹੁਤ ਧੰਨਵਾਦ। ਅਤੇ ਖਾਸ ਕਰਕੇ ਮੇਰੇ ਦੋਸਤ ਜਾਂ ਮੇਰੇ ਭਰਾ ਸ਼ਾਹਿਦ ਸ਼ਬੀਰ ਸਾਹਿਬ ਦਾ ਮੈਂ ਇਸ ਇੰਟਰਵਿਊ 'ਚ ਸ਼੍ਰੀ ਕੌਣ ਦੇ ਧੰਨਵਾਦ ਕਰਦਾ ਹਾਂ। ਇੰਨਾ ਕੁਝ ਕਹਿੰਦਾ ਹੋਇਆ ਕਿ ਮੈਂ ਤਾਂ ਜਾ ਚੁੱਕਾ। ਥੈਂਕ ਯੂ ਵੈਰੀ ਮੱਚ।